ਸਰਬਿੰਦਰ ਸਿੰਘ ਨਰੇਗਾ ਮੁਲਾਜ਼ਮ ਆ। ਅੱਜ ਅਸੀਂ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਵਾਸਤੇ ਇੱਥੇ ਆਏ ਹਾਂ। ਜਦੋਂ ਸਰਕਾਰ ਇਹਨਾਂ ਨੇ ਬਣਾਈ ਸੀ, ਸੱਤਾ ਦੇ ਵਿੱਚ ਆਏ ਸੀ, ਉਦੋਂ ਸਾਡੇ ਨਾਲ ਇਹਨਾਂ ਨੇ ਵਾਅਦੇ ਕੀਤੇ ਸੀ ਵੀ ਜਿੰਨੇ ਕੁ ਵੀ ਠੇਕੇ ਦੇ ਮੁਲਾਜ਼ਮ ਆ ਅਸੀਂ ਪਹਿਲ ਦੇ ਆਧਾਰ 'ਤੇ ਇਹਨਾਂ ਨੂੰ ਰੈਗੂਲਰ ਕਰਾਂਗੇ। ਜਦੋਂ ਸਰਕਾਰ ਸੱਤਾ ਦੇ ਵਿੱਚ ਆ ਗਈ, ਸਾਡੀਆਂ ਵਾਰ ਵਾਰ ਮੀਟਿੰਗਾਂ ਸਾਡੇ ਪੰਚਾਇਤ ਵਿਭਾਗ ਦੇ ਮੰਤਰੀ ਜਗਨਿੰਦਰ ਸਿੰਘ ਬਾਜਵਾ ਦੇ ਨਾਲ ਵਾਰ ਵਾਰ ਮੀਟਿੰਗਾਂ ਆਈਆਂ ਹੈ, ਪਰ ਉਹਦੇ ਵੱਲੋਂ ਕੋਈ ਸਾਡਾ ਠੋਸ ਹੱਲ ਨਹੀਂ ਕੱਢਿਆ ਗਿਆ। ਹਰ ਵਾਰੀ ਸਾਨੂੰ ਮੋਮ ਦੇ ਲਾਰੇ ਦਿੱਤੇ ਗਏ ਆ, ਯਾਨੀ ਕਿ ਲੋਲੀਪੋਪ ਦੇ ਕੇ ਸਾਨੂੰ ਹਰ ਵਾਰੀ ਵਾਪਸ ਤੋੜਿਆ ਗਿਆ। ਅਤੇ ਪਿੰਡਾਂ ਦੇ ਵਿੱਚ ਜਿੰਨੇ ਵੀ ਵਿਕਾਸ ਕਾਰਜ ਹੋ ਰਹੇ ਆ, ਜਿੰਨੇ ਵੀ ਇਹ ਝੰਡਾ ਚੁੱਕ ਕੇ ਪਿੰਡਾਂ ਦੇ ਵਿੱਚ ਜਾ ਰਹੇ ਆ ਕਿ ਅਸੀਂ ਆਹ ਵਿਕਾਸ ਕਾਰਜ ਕਰਦੇ, ਉਹ ਮੈਂ ਦੱਸ ਦੇਣਾ ਚਾਹੁੰਦਾ ਹੈ ਕਿ ਉਹ ਜਿੰਨੇ ਵੀ ਵਿਕਾਸ ਕਾਰਜ ਹੋਏ ਉਹ ਨਰੇਗਾ ਦੇ ਵਿੱਚ ਹੀ ਸਾਰੇ ਹੋਏ ਆ। ਇਹਨਾਂ ਮੁਲਾਜ਼ਮਾਂ ਦੇ ਦੁਆਰਾ ਹੀ ਜਿੰਨੇ ਵੀ ਵਿਕਾਸ ਕਾਰਜ ਕਰਵਾਏ ਗਏ ਉਹ ਸਾਰੇ ਕਰਵਾਏ ਗਏ ਆ, ਜਿਵੇਂ ਕਿ ਛੱਪੜਾਂ ਦਾ ਨਵੀਨੀਕਰਨ, ਪਾਰਕਾਂ ਦੀ ਉਸਾਰੀ, ਪਲੇ ਗਰਾਊਂਡਸ, ਗਲੀਆਂ ਦਾ ਕੰਮ, ਹੋਰ ਵੀ ਵੱਖ ਵੱਖ ਜਿਹੜੇ ਪਿੰਡਾਂ ਦੇ ਵਿੱਚ ਕੰਮ ਹੁੰਦੇ ਉਹ ਸਾਰੇ ਨਰੇਗਾ ਦੇ ਤਹਿਤ ਹੀ ਹੋ ਰਹੇ ਨੇ। ਸਾਡੀ ਮੇਨ ਮੰਗ ਸਭ ਤੋਂ ਪਹਿਲਾਂ ਤਾਂ ਸਾਡੀ ਮੇਨ ਮੰਗ ਹੈ ਕਿ ਸਾਨੂੰ ਛੇਤੀ ਤੋਂ ਛੇਤੀ ਰੈਗੂਲਰ ਕੀਤਾ ਜਾਵੇ ਤਾਂ ਜੋ ਅਸੀਂ ਜਿਹੜੀਆਂ ਨਕੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਹਾਂ ਅਸੀਂ ਆਪਣੇ ਘਰ ਦੇ ਕੰਮ ਗੁਜ਼ਾਰੇ ਸਹੀ ਚਲਾ ਸਕੀਏ। ਉਸ ਤੋਂ ਗਾੜੀ ਜੇ ਸਾਡੀਆਂ ਮੰਗਾਂ ਨਹੀਂ ਮੰਨਦੇ, ਸਾਡਾ ਸੰਘਰਸ਼ ਆਉਣ ਵਾਲੇ ਸਮੇਂ 'ਚ ਹੋਰ ਵੀ ਤਿੱਖਾ ਹੋਊਗਾ। ਜਿਵੇਂ ਕਿ ਅਸੀਂ 5 ਤਰੀਕ ਨੂੰ ਚਰਨਜੀਤ ਸਿੰਘ ਚੰਨੀ, ਜਿਹੜਾ ਇਹਨਾਂ ਦੇ ਸਬ ਕਮੇਟੀ ਦਾ ਮੈਂਬਰ, ਉਹਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਹਾਂ। ਉਸ ਤੋਂ ਬਾਅਦ ਅਸੀਂ ਪਟਿਆਲਾ ਵਿਖੇ ਤ੍ਰਿਪਤ ਆਪਣਾ ਬ੍ਰਹਮ ਮਹਿੰਦਰਾ ਜੀ ਦਾ, ਜਿਹੜਾ ਇਹਨਾਂ ਦੇ ਸਬ ਕਮੇਟੀ ਦਾ ਮੈਂਬਰ, ਉਹਦੀ ਕੋਠੀ ਦਾ ਘਿਰਾਓ 9 ਤਰੀਕ ਨੂੰ ਕਰਨ ਜਾ ਰਹੇ ਹਾਂ। ਅੱਗੇ ਦੀ ਅੱਗੇ ਜਿਵੇਂ ਸਾਨੂੰ ਸਟੇਟ ਕਮੇਟੀ ਐਕਸ਼ਨ ਲਾਉਣ ਲਈ ਕਰਦੀ ਹੈ ਵੀ ਅਸੀਂ 5 ਇਹਨਾਂ ਦੇ ਜਿਹੜੇ ਸਬ ਕਮੇਟੀ ਦੇ ਮੈਂਬਰ ਉਹਨਾਂ ਦੀਆਂ ਕੋਠੀਆਂ ਦਾ ਘਿਰਾਓ ਕਰਾਂਗੇ ਅਤੇ ਆਪਣੇ ਆਪਣੇ ਜਿਹੜੇ ਸਟ੍ਰਾਈਕ ਨੂੰ ਹੋਰ ਤਿੱਖਾ ਕਰਾਂਗੇ।